ਕਈ ਵਾਰ ਜਦੋਂ ਮੈਂ ਸੜਕ ਵੱਲ ਦੇਖਦੀ ਹਾਂ ਤਾਂ ਮੈਨੂੰ ਮਰੇ ਪਏ ਲੋਕ ਦਿਸਦੇ ਨੇ। ਮੇਰੀ ਜ਼ਿੰਦਗੀ ਦਾ ਹਰ ਰੰਗ ਸਿਆਹਿਆ ਗਿਆ ਸੀ। ਮੈਂ ਆਪਣੀ ਜਾਨ ਲੈਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਬੇਰੂਤ ਧਮਾਕੇ ਨੂੰ 1 ਸਾਲ ਪੂਰਾ ਹੋ ਗਿਆ। ਘਰ ਦੇ ਇਮਾਰਤਾਂ ਮੁੜ ਉਸਾਰੀਆਂ ਗਈਆਂ ਹਨ, ਪਰ ਕਈ ਅਜੇ ਵੀ ਸਦਮੇ ਵਿੱਚ ਹਨ। ਯਾਰਾ ਉਸ ਦਿਨ ਦੇ ਪਹਿਲੇ ਸਵੈ ਸੇਵੀਆਂ ਵਿੱਚ ਸ਼ਾਮਲ ਸਨ। ਕਈ ਵਾਰ ਜਦੋਂ ਮੈਂ ਸੜਕ ਵੱਲ ਦੇਖਦੀ ਹਾਂ ਤਾਂ ਮੈਨੂੰ ਮਰੇ ਪਏ ਲੋਕ ਦਿਸਦੇ ਨੇ। ਕਈ ਵਾਰ ਮੈਂ ਕਾਰ ਵਿੱਚ ਬੈਠੀ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਹਾਂ, ਕਿਉਂਕਿ ਮੈਂ ਕੋਈ ਲਾਸ਼ ਦੇਖੀ ਹੈ ਜਾਂ ਕਿਸੇ ਨੂੰ ਤੜਫਦੇ ਦੇਖਿਆ ਹੈ। ਮੈਂ ਇਸ ਵਿੱਚੋਂ ਨਿਕਲਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਅਜੇ ਵੀ ਜੂਝ ਰਹੀ ਹਾਂ। ਇਲਿਆਸ ਕਿਸੇ ਦੋਸਤ ਨੂੰ ਮਿਲਣ ਜਾ ਰਹੇ ਸਨ ਜਦੋਂ ਧਮਾਕੇ ਦੀ ਲਪੇਟ ਵਿੱਚ ਆ ਗਏ। ਉਸ ਦਿਨ ਮੈਨੂੰ ਕਈ ਚੀਜ਼ਾਂ ਬਾਰੇ ਪਤਾ ਲੱਗਿਆ ਜੋ ਮੇਰੇ ਅੰਦਰ ਦੁੱਖ ਰਹੀਆਂ ਸਨ। ਖਾਨਾ ਜੰਗੀ ਦੀਆਂ ਯਾਦਾਂ ਇੰਝ ਤਾਜ਼ਾ ਹੋ ਗਈਆਂ ਜਿਵੇਂ ਕੱਲ੍ਹ ਦੀ ਗੱਲ ਹੋਵੇ। ਕੋਈ ਵੀ ਉੱਚੀ ਆਵਾਜ਼ ਜਾਂ ਪਟਾਕੇ ਸੁਣ ਕੇ ਮੈਂ ਦਹਿਲ ਜਾਂਦਾ ਹਾਂ। ਇੱਕ ਦਿਨ ਮੈਂ ਘਰ ਦੀ ਬਾਲਕੋਨੀ ਵਿੱਚ ਖੜ੍ਹੇ ਹੋ ਕੇ ਚੀਕ ਮਾਰੀ, ਬਸ ਕਰੋ। ਮੇਰੀ ਜ਼ਿੰਦਗੀ ਦਾ ਹਰ ਰੰਗ ਸਿਆਹਿਆ ਗਿਆ ਸੀ। ਮੈਂ ਆਪਣੀ ਜਾਨ ਲੈਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਮੈਨੂੰ ਕੁਝ ਹੋਰ ਨਹੀਂ ਚਾਹੀਦਾ, ਬਸ ਕੋਈ ਇਹ ਦੁੱਖ ਮੈਥੋਂ ਲੈ ਲਵੇ। ਇੰਝ ਹੈ ਜਿਵੇਂ ਤੁਸੀਂ ਅਤੀਤ ਵਿੱਚ ਜਿਉਂ ਰਹੇ ਹੋ। 1975 ਵਿੱਚ ਲਿਬਨਾਨ ਵਿੱਚ ਖਾਨਾ ਜੰਗੀ ਸ਼ੁਰੂ ਹੋਈ ਜੋ 15 ਸਾਲ ਚੱਲਦੀ ਰਹੀ। ਲਿਬਨਾਨ ਨੇ 1975 ਤੋਂ 15 ਸਾਲ ਤੱਕ ਖਾਨਾ ਜੰਗੀ ਦੇਖੀ। ਜੰਗ ਵਿੱਚ 1,20,000 ਮੌਤਾਂ ਹੋਈਆਂ ਤੇ 10 ਲੱਖ ਲੋਕ ਬੇਘਰੇ ਹੋ ਗਏ। ਪਿਛਲੇ ਸਾਲ ਧਮਾਕੇ ਕਾਰਨ 3 ਲੱਖ ਲੋਕਾਂ ਦਾ ਉਜਾੜਾ ਹੋਇਆ ਸੀ।